ਸਤਿਸ਼ਗਾਨ ਮੈਂ ਹਾਮਰੀ ਤੁਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਸ਼ੇ ਦੀ ਜਿਹੜਾ ਕਿ ਸਮੱਸਿਆ ਹੀ ਬਣ ਗਿਆ ਹੈ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਲਈ। UGC ਦੀਆਂ ਗਾਈਡਲਾਈਨਸ ਦੇ ਮੁਤਾਬਿਕ ਜਿਹੜਾ ਇੱਕ ਡਿਸੀਜ਼ਨ ਲਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੰਕ ਫੂਡ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਯਾਨੀ ਕਿ ਜੰਕ ਫੂਡ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। UGC ਦਾ ਜਿਹੜਾ ਇੱਕ ਫੈਸਲਾ ਆਇਆ ਵੱਡਾ, ਵਿਦਿਆਰਥੀਆਂ ਦੇ ਲਈ ਜਿਹੜਾ ਇਹ ਕਿਸ ਤਰੀਕੇ ਦਾ ਹੈ, ਇਹ ਉਹਨਾਂ ਨੂੰ ਹਜ਼ਮ ਹੋ ਰਿਹਾ ਜਾਂ ਨਹੀਂ, ਕਿਉਂਕਿ ਉਹਨਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਪਰ ਜਿਹੜੀ ਆ ਪਾਬੰਦੀ ਲਗਾ ਦਿੱਤੀ ਗਈ ਹੈ। ਕਾਲਜ ਲਾਈਫ, ਯੂਨੀਵਰਸਿਟੀ ਲਾਈਫ ਜਿਹੜੀ ਹੁੰਦੀ ਹੈ ਉਹਦੇ ਵਿੱਚ ਇੱਕ ਕੰਟੀਨ ਦਾ, ਇਹ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਪੜ੍ਹਾਈ ਦੇ ਨਾਲ ਜਿਹੜਾ ਦੂਜਾ ਜ਼ਿਆਦਾ ਸਮਾਂ ਹੈ ਉਹ ਵਧੇਰੇ ਵਿਦਿਆਰਥੀ ਜਿਹੜਾ ਉਹ ਕੰਟੀਨਾਂ ਦੇ ਵਿੱਚ ਬਿਤਾਉਂਦੇ ਨੇ। ਪਰ ਕਿਉਂਕਿ ਹੁਣ ਜੰਕ ਫੂਡ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ, ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹਦੇ ਨਾਲ ਵਿਦਿਆਰਥੀ ਸਿਹਤਮੰਦ ਖਾਣਾ ਖਾਣਗੇ, ਉਹਨਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪਰ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਇਹ ਫੈਸਲਾ ਜੱਚ ਰਿਹਾ ਜਾਂ ਨਹੀਂ, ਇਹਨਾਂ ਦੇ ਨਾਲ ਗੱਲ ਕਰਕੇ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ? ਸਤਿੰਦਰ ਸਿੰਘ ਮੈਮ। ਸਤਿੰਦਰ, ਜੰਕ ਫੂਡ ਬੰਦ ਕਰ ਦਿੱਤਾ ਹੈ ਤਾਂ ਯੂਨੀਵਰਸਿਟੀ ਦੇ ਵਿੱਚ, ਤਾਂ ਜਦੋਂ ਇਹ ਫੈਸਲਾ ਸਭ ਤੋਂ ਪਹਿਲਾਂ ਸੁਣਿਆ ਸੀ, ਕਿੱਦਾਂ ਦਾ ਰਿਐਕਸ਼ਨ ਸੀ? ਮੈਮ, ਇੱਕੋਦਮ ਅਸੀਂ ਜਿੱਦਾਂ ਸੁਣਿਆ UGC ਨੇ ਫੈਸਲਾ ਲਿੱਤਾ ਜੰਕ ਫੂਡ ਦਾ, ਇੱਕ ਤਰ੍ਹਾਂ ਨਾਲ ਦੇਖੋ ਜੀ, ਇੱਕ ਤਰ੍ਹਾਂ ਨਾਲ ਗਲਤ ਹੈ ਸਟੂਡੈਂਟ ਦੀ ਲਾਈਫ ਦਾ। ਅਗਰ ਦੇਖਿਆ ਜਾਵੇ ਆਪਾਂ ਤਾਂ, ਇੱਕ ਸਟੂਡੈਂਟ ਹੈ ਉਹ ਅਗਰ ਐਡਮਿਸ਼ਨ ਲੈਂਦਾ ਇੱਥੇ, MA ਲਈ ਐਡਮਿਸ਼ਨ ਲੈਂਦਾ, ਜਿਵੇਂ ਆਪਾਂ MA 'ਚ ਐਡਮਿਸ਼ਨ ਲਿੱਤੀ ਹੈ, ਤਾਂ 2 ਸਾਲ 'ਚ ਅਗਰ ਉਹ ਪੜ੍ਹਾਈ ਕਰੇਗਾ 5 ਘੰਟੇ, ਤਾਂ ਸਟੂਸੀ 'ਤੇ ਵੀ ਉਹ ਕਦੇ ਕਦਾਰ ਆਏਗਾ। ਅਗਰ ਉੱਥੇ ਉਹਨੂੰ ਕੁਛ ਖਾਣ ਲਈ ਨਹੀਂ ਮਿਲੇਗਾ, ਓਬਵੀਅਸ ਜੀ ਗੱਲ ਹੈ, ਉਹਦਾ ਨੁਕਸਾਨ ਹੈ, ਹੈ ਨਾ ਜੀ? ਅਤੇ ਜੰਕ ਫੂਡ ਦਾ ਕਦੇ ਕਦਾਰ ਖਾ ਲੈਣਾ ਚਾਹੀਦਾ ਮੇਰਾ। ਕਹਿੰਦੇ ਸੀਗੇ ਕਿ ਰੋਟੀ ਖਾ ਖਾ ਕੇ ਵੀ ਬੰਦਾ ਕਦੇ ਅੱਕ ਜਾਂਦਾ ਹੈ। ਜਦੋਂ ਬਾਹਰ ਵਿਦਿਆਰਥੀ ਹੁੰਦੇ ਸੀ ਤਾਂ ਵਿਦਿਆਰਥੀਆਂ ਦਾ ਇਹ ਕਹਿਣਾ ਹੁੰਦਾ ਸੀ ਕਿ ਅਸੀਂ ਤਾਂ ਬਾਹਰ ਦਾ ਖਾ ਖਾ ਕੇ ਅੱਕ ਗਏ ਹਾਂ, ਕਦੇ ਕਦੇ ਘਰ ਦਾ ਖਾਣ ਨੂੰ ਦਿਲ ਕਰਦਾ, ਪਰ ਉਹ ਬਾਹਰ ਦਾ ਹੁਣ ਬੰਦ ਹੀ ਕਰ ਦਿੱਤਾ ਇਹਨਾਂ ਨੇ। ਮੈਮ, ਇਸੀ ਉਹੀ ਗੱਲ ਕਰ ਰਿਹਾ ਨਾ ਕਿ ਬਾਹਰ ਦਾ ਇਹਨਾਂ ਨੇ ਬੰਦ ਕਰ ਦਿੱਤਾ ਬਿਲਕੁਲ ਹੀ, ਅਤੇ ਜਿੱਦਾਂ ਹੁਣ ਬੰਦਾ ਘਰ ਦਾ ਤਾਂ ਖਾਂਦਾ ਹੀ ਹੈ ਜੀ ਰੋਜ਼, ਇੱਥੇ ਵੀ ਮਤਲਬ ਖਾਣਾ ਮਿਲਦਾ ਹੈਗਾ, ਅਤੇ ਉਹ ਜੰਕ ਫੂਡ ਇੱਕ ਤਰ੍ਹਾਂ ਨਾਲ ਮਤਲਬ ਟੇਸਟ ਬੰਦੇ ਦਾ ਅਲੱਗ ਹੋ ਜਾਂਦਾ ਥੋੜ੍ਹਾ ਜਿਹਾ ਜਦੋਂ ਖਾਂਦਾ ਜੀ ਬੰਦਾ। ਲੱਗਦਾ ਤੁਸੀਂ ਵੀ ਕੋਕ ਤੋਂ ਸਿੱਧਾ ਚਾਹ 'ਤੇ ਆ ਗਏ ਅੱਜ? ਹਾਂ, ਦੇਖੋ ਚਾਹ 'ਤੇ ਆਏ ਹੋਏ ਹਾਂ ਜੀ ਅਸੀਂ ਵੀ। ਹਾਂਜੀ ਮੈਮ, ਸਟੂਡੈਂਟ ਦੀ ਲਾਈਫ 'ਤੇ ਮੰਨਦੇ ਹੋ ਕਿ ਕਿਤੇ ਨਾ ਕਿਤੇ ਇਹ ਗਲਤ ਹੈ? ਮੈਮ, ਪ੍ਰਭਾਵ ਪੈਂਦਾ ਜੀ ਬਿਲਕੁਲ ਸਟੂਡੈਂਟ ਲਾਈਫ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮੇਰਾ ਜਗਤਾਰ ਸਿੰਘ। ਜਗਤਾਰ ਸਿੰਘ ਜੀ, ਤੁਸੀਂ ਵੀ ਚਾਹ 'ਤੇ ਆ ਗਏ ਹੋ ਕੋਕ 'ਤੇ, ਇਹਦੇ ਪਿੱਛੇ ਇਹ ਜਿਹੜਾ ਫੈਸਲਾ ਆਇਆ ਉਹਦਾ ਪ੍ਰਭਾਵ ਹੈ ਜਾਂ ਤੁਹਾਡਾ ਨਿੱਜੀ ਹੈ? ਨਹੀਂ, ਵੈਸੇ ਇਹ ਤਾਂ ਮੇਰਾ ਆਪਣਾ ਨਿੱਜੀ ਹੈ ਜੀ, ਅਤੇ ਬੇਸਿਕਲੀ ਗੱਲ ਇੱਦਾਂ ਹੈ ਕਿ ਜਿਹੜਾ ਜੰਕ ਫੂਡ ਆ ਨਾ, ਉਹ ਸਟੂਡੈਂਟ ਲਾਈਫ ਲਈ ਤਾਂ ਹੋਣਾ ਚਾਹੀਦਾ, ਕਿਉਂਕਿ ਘੁੰਮਣਾ ਫਿਰਨਾ ਸਟੂਡੈਂਟ ਲਾਈਫ ਦੇ ਵਿੱਚ ਤਾਂ ਇਹ ਚੀਜ਼ਾਂ ਚਾਹੀਦੀਆਂ ਹੀ ਆ, ਕਿਉਂਕਿ ਖਾਣ ਪੀਣ ਦੀ ਇਹੀ ਤਾਂ ਉਮਰ ਹੈ ਜੀ। ਅਤੇ ਜੇ ਆਪਾਂ ਨੋਰਮਲੀ ਦੇਖੀਏ ਤਾਂ ਕਿਤੇ ਨਾ ਕਿਤੇ ਉਹ ਗਲਤ ਵੀ ਹੋ ਸਕਦਾ, ਕਿਉਂਕਿ ਜਿਹੜਾ ਜੰਕ ਫੂਡ ਆ ਉਹ ਬੰਦ ਇਸ ਕਰਕੇ ਵੀ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਵਰਕਸ ਹੈਗੇ ਆ ਉਹ ਜ਼ਿਆਦਾਤਰ ਮੈਂਟਲੀ ਆ, ਅਤੇ ਫਿਜ਼ੀਕਲੀ ਵਰਕਸ ਜਿਹੜੇ ਹੈਗੇ ਆ ਅੱਜ ਕੱਲ੍ਹ ਦੀ ਜਨਰੇਸ਼ਨ ਬਹੁਤ ਘੱਟ ਆ ਅਕੋਰਡਿੰਗ ਟੂ ਮੀ, ਕਿਉਂਕਿ ਜਿਹੜੀ ਸਟੱਡੀਜ਼ ਹੋ ਗਈਆਂ ਉਹਨਾਂ ਦਾ ਵੀ ਬਰਡਨ ਜ਼ਿਆਦਾ ਹੈ ਨਾ, ਤੋ ਇਸ ਕਰਕੇ ਜਿਹੜਾ ਜੰਕ ਫੂਡ ਆ ਉਹ ਬੰਦ ਹੋਣਾ ਚਾਹੀਦਾ ਵੀ ਆ, ਬਟ 50-50 ਆ ਦੋਨੋਂ ਚੀਜ਼ਾਂ ਜੀ। ਫਿਜ਼ੀਕਲ, ਤੁਸੀਂ ਫਿਜ਼ੀਕਲ ਵਰਕ ਦੀ ਗੱਲ ਕੀਤੀ, ਮੈਨੂੰ ਲੱਗਦਾ ਕਿ ਵਿਦਿਆਰਥੀਆਂ ਦੇ ਜੀਵਨ 'ਚ ਤਾਂ ਫਿਜ਼ੀਕਲ ਐਕਟੀਵਿਟੀ ਹੋ ਹੀ ਜਾਂਦੀ ਹੈ, ਇੱਕ ਕਲਾਸ ਤੋਂ ਦੂਜੀ ਕਲਾਸ 'ਚ ਜਾਣਾ, ਪੌੜੀਆਂ ਚੜ੍ਹਨਾ, ਤਾਂ ਤੁਸੀਂ ਮੰਨਦੇ ਹੋ ਕਿ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਤਾਂ ਜਾਇਜ਼ ਹੀ ਕਰਨਾ ਚਾਹੀਦਾ? ਨਹੀਂ, ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਬਟ ਅਕੋਰਡਿੰਗ ਟੂ ਜਿਹੜੇ ਮੈਂਟਲ ਵਰਕਸ ਹੈਗੇ ਆ ਉਹਦੇ ਹਿਸਾਬ ਦੇ ਨਾਲ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਦੋਨੋਂ ਤਰ੍ਹਾਂ ਦੇ ਨਾਲ ਚੀਜ਼ਾਂ ਲਾਗੂ ਹੁੰਦੀਆਂ, ਬਟ ਮੈਂ ਇਸ ਗੱਲ 'ਚ ਜ਼ਰੂਰ ਇਸ ਗੱਲ ਦੇ ਨਾਲ ਹਾਂ ਕਿ ਜਿਹੜੇ ਵਿਦਿਆਰਥੀ ਹੈਗੇ ਉਹਨਾਂ ਨੂੰ ਇਸ ਏਜ ਦੇ ਵਿੱਚ ਖਾਣਾ ਪੀਣਾ ਤਾਂ ਲਾਜ਼ਮੀ ਹੁੰਦਾ ਜੀ, ਕਿਉਂਕਿ ਇਹੀ ਉਮਰ ਆ ਜਦੋਂ ਆਪਾਂ ਖਾ ਸਕਦੇ ਖੁੱਲ੍ਹ ਪੀ ਕੇ। ਫਿਰ ਇਹਨਾਂ ਨੇ ਇੱਕ ਗੱਲ ਬਹੁਤ ਸਹੀ ਕਹੀ ਹੈ ਕਿ ਇਹੀ ਤਾਂ ਉਮਰ ਹੁੰਦੀ ਹੈ ਖਾਣ ਪੀਣ ਦੀ, ਕਿਉਂਕਿ ਜਦੋਂ ਜਿੱਦਾਂ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਵੱਧਦੇ ਜਾਂਦੇ ਹਾਂ ਤਾਂ ਉਹ ਸਾਡੇ ਖਾਣ ਪੀਣ ਦੀਆਂ ਆਦਤਾਂ, ਸਾਡੇ ਖਾਣ ਪੀਣ ਦੀਆਂ ਚੀਜ਼ਾਂ ਵੀ ਬਦਲਦੀਆਂ ਜਾਂਦੀਆਂ ਨੇ, ਅਤੇ ਇਹ ਵੀ ਗੱਲ ਬੜੀ ਵਾਰ ਕਹਿ ਦਿੱਤੀ ਜਾਂਦੀ ਹੈ ਕਿ ਆਪਣੀ ਜਵਾਨੀ ਵੇਲੇ ਤੁਸੀਂ ਬਥੇਰਾ ਖਾ ਲਿਆ, ਹੁਣ ਪਰਹੇਜ਼ ਕਰੋ, ਪਰ ਹੁਣ ਤਾਂ ਜਵਾਨੀ ਵੇਲੇ ਹੀ ਜਿਹੜੀ ਹੈ ਉਹ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸ ਤਰ੍ਹਾਂ ਦੇਖਦੇ ਹੋ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ? ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਮਨਜਿੰਦਰ ਸਿੰਘ, ਪੰਜਾਬ ਯੂਨੀਵਰਸਿਟੀ MA ਸੈਕਿੰਡ ਈਅਰ ਤੋਂ। ਬਹੁਤ ਵਧੀਆ ਫੈਸਲਾ ਇੱਕ ਤਰ੍ਹਾਂ ਨਾਲ ਇਹ ਕਿ ਜੋ ਆਪਣਾ ਜੰਕ ਫੂਡ ਬੰਦ ਕਰ ਦਿੱਤਾ ਗਿਆ, ਪਰ ਕਿਸੇ ਹੱਦ ਤੱਕ ਜੋ ਆਪਾਂ ਘਰ ਵੀ ਖਾਣਾ ਖਾਂਦੇ ਹਾਂ, ਅਤੇ ਇੱਥੇ ਆ ਕੇ ਆਪਾਂ ਇੱਕ ਟੇਸਟ ਲਈ ਦੇਖਦੇ ਹਾਂ ਕਿ ਚਲੋ ਥੋੜ੍ਹਾ ਮਨ ਪਰਚਾਵਾ ਹੋ ਜਾਏਗਾ, ਠੀਕ ਹੈ ਕਿਸੇ ਹੱਦ ਤੱਕ, ਪਰ ਜੰਕ ਫੂਡ ਮੇਰੇ ਹਿਸਾਬ ਨਾਲ ਨਹੀਂ ਬੰਦ ਕਰਨਾ ਚਾਹੀਦਾ। ਤੁਸੀਂ ਹਫ਼ਤੇ 'ਚ ਕਿੰਨੀ ਵਾਰ ਜੰਕ ਫੂਡ ਖਾ ਲੈਂਦੇ? ਮੈਂ ਤਾਂ ਰੋਜ਼ ਹੀ ਖਾਂਦਾ ਜੀ। ਤੁਹਾਡੇ ਲਈ ਤਾਂ ਬੜਾ ਮਾੜੀ ਖਬਰ ਹੋ ਗਈ। ਪਰ ਅਸੀਂ ਕੋਈ ਹੀਲਾ ਕਰ ਲੈਣਾ, ਬਾਹਰੋਂ ਖਾ ਲੈਣਾ ਜੀ। ਵਿਦਿਆਰਥੀਆਂ ਦਾ ਮੰਨਣਾ ਕਿ ਉਹ ਕੋਈ ਨਾ ਕੋਈ ਹੀਲਾ ਜਿਹੜਾ ਉਹ ਜ਼ਰੂਰ ਕਰ ਲੈਣਗੇ। ਯੂਨੀਵਰਸਿਟੀ ਨੇ ਤਾਂ ਬੇਸ਼ੱਕ ਜਿਹੜਾ ਹੈ ਜੰਕ ਫੂਡ ਬੰਦ ਕਰ ਦਿੱਤਾ ਹੈ, ਪਰ ਇਹਨਾਂ ਦਾ ਮੰਨਣਾ ਕਿ ਕਿਤੇ ਨਾ ਕਿਤੇ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਜੁਗਾੜ
ਕੀ ਨਾਮ ਹੈ? ਰਾਜਵਿੰਦਰ ਸਿੰਘ। ਰਾਜਵਿੰਦਰ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਜੰਕ ਫੂਡ ਬੰਦ ਕਰ ਦਿੱਤਾ ਹੈ, ਤੁਸੀਂ ਇੱਕ ਸਟੂਡੈਂਟ ਹੋਣ ਦੇ ਨਾਤੇ, ਇੱਕ ਨੌਜਵਾਨ ਹੋਣ ਦੇ ਨਾਤੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਵਧੀਆ ਕੀਤਾ ਜੀ ਬੰਦ ਕਰਕੇ, ਕਿਉਂਕਿ ਸਿਹਤ ਲਈ ਬਹੁਤ ਹਾਨੀਕਾਰਕ ਆ। ਅਤੇ ਤੁਸੀਂ ਜੰਕ ਫੂਡ ਖਾਂਦੇ ਸੀ? ਹਾਂਜੀ। ਤੁਹਾਨੂੰ ਇਹ ਚੰਗਾ ਕਿੱਦਾਂ ਲੱਗ ਰਿਹਾ ਫੈਸਲਾ? ਚੰਗਾ ਖਾਣਾ ਤਾਂ ਹੁਣ ਹਰੇਕ ਚੀਜ਼ ਹੀ ਵਧੀਆ ਲੱਗਦੀ ਆ, ਪਰ ਹਾਨੀਕਾਰਕ ਤਾਂ ਹੈਗਾ ਸਿਹਤ ਲਈ, ਤਾਂ ਕਰਕੇ ਠੀਕ ਆ। ਮੰਨਦੇ ਹੋ ਕਿ ਜਿਹੜਾ ਫੈਸਲਾ ਸਿਹਤ ਦੇ ਮੱਦੇ ਨਜ਼ਰ ਲੈ ਗਿਆ ਉਹ ਸਹੀ ਹੈ? ਹਾਂਜੀ। ਕੀ ਨਾਮ ਹੈ? ਰਮਨਦੀਪ ਸਿੰਘ। ਰਮਨ, ਤੁਸੀਂ ਹਫ਼ਤੇ ਦੇ ਵਿੱਚ ਕਿੰਨੀ ਵਾਰ ਜਿਹੜਾ ਘਰ ਦੀ ਰੋਟੀ ਖਾਂਦੇ ਸੀ ਅਤੇ ਕਿੰਨੀ ਵਾਰ ਬਾਹਰ ਦਾ? ਜ਼ਿਆਦਾ ਤਾਂ ਬਾਹਰ ਦਾ ਖਾਂਦੇ ਸੀ, ਕਿਉਂਕਿ ਹੁਣ ਘਰੋਂ ਬਾਹਰ ਰਹਿੰਦੇ ਹਾਂ ਤਾਂ ਮਤਲਬ ਘਰੇ ਤਾਂ ਮਤਲਬ ਅੱਡ ਅੱਡ ਚੀਜ਼ਾਂ ਖਾਂਦੇ ਪੀਂਦੇ ਰਹਿੰਦੇ ਸੀ, ਇੱਥੇ ਮਤਲਬ ਉਹ ਗੱਲ ਬਣਦੀ ਨਹੀਂ ਮਤਲਬ, ਸੋ ਟੇਸਟ ਤਾਂ ਕਰਨਾ ਪੈਂਦੀ ਹੈ ਜੰਕ ਫੂਡ, ਅਤੇ ਕਾਫੀ ਖਾਂਦਾ ਸੀ ਮੈਂ। ਟੇਸਟ ਲੱਤ ਲੱਗ ਜਾਂਦੀ? ਉਹ ਲੱਤ ਲੱਗ ਜਾਂਦੀ, ਅਡਿਕਟ ਹੋ ਜਾਂਦੇ ਆ, ਅਤੇ ਮਤਲਬ ਨੁਕਸਾਨ ਬਹੁਤ ਆ ਜਿਵੇਂ ਫਿਣਸੀਆਂ ਫਿਣਸੀਆਂ ਹੋ ਗਈਆਂ, ਉਹ ਤਾਂ ਦੇਖ ਸਕਦਾ ਮਤਲਬ ਠੀਕ ਆ, ਵੈਸੇ ਠੀਕ ਵੀ ਆ ਕੁਝ ਹੱਦ ਤੱਕ, ਅਤੇ ਕੁਝ ਹੱਦ ਤੱਕ ਠੀਕ ਵੀ ਨਹੀਂ, ਕਿਉਂਕਿ ਬਾਹਰੇ ਰਹਿੰਦੇ ਹਾਂ ਤਾਂ ਮਤਲਬ ਇਹੀ ਚੀਜ਼ 'ਤੇ ਆਪਾਂ ਡਿਪੈਂਡ ਹੋ ਜਾਂਦੇ ਹਾਂ, ਸੋ ਅਕੋਰਡਿੰਗ ਟੂ ਮੀ ਹਾਫ ਹਾਫ ਤਾਂ ਮੈਂ ਐਗਰੀ ਹਾਂ ਅਤੇ ਹਾਫ ਹੈ ਨਹੀਂ, ਚੋ ਦੂਜਾ ਫੈਸਲਾ ਜਿੱਧਰ ਜ਼ਿਆਦਾ ਵੋਟਾਂ ਆਪਾਂ ਉੱਧਰ ਹੀ ਹਾਂ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਗੁਰਵਿੰਦਰ ਸਿੰਘ। ਗੁਰਵਿੰਦਰ, ਕੀ ਲੱਗਦਾ ਹੈ ਕਿ ਇਹ ਫੈਸਲਾ ਤਾਂ ਕਿਤੇ ਨਾ ਕਿਤੇ ਸਹੀ ਵੀ ਆ, ਕਿਉਂਕਿ ਸਿਹਤ ਦੇ ਮੱਦੇ ਨਜ਼ਰ ਲਿਆ ਗਿਆ, ਪਰ ਲੱਗਦਾ ਹੈ ਕਿ ਇਹ ਫੈਸਲਾ ਸਿਰਫ ਵਿਦਿਆਰਥੀਆਂ 'ਤੇ ਹੋਣਾ ਚਾਹੀਦਾ? ਬਾਹਰ ਅਸੀਂ ਬਾਜ਼ਾਰਾਂ ਦੇ ਵਿੱਚ ਦੇਖਦੇ ਹਾਂ, ਖੁੱਲ੍ਹੇਆਮ ਜੰਕ ਫੂਡ ਵੇਖ ਰਿਹਾ ਹੈ, ਉੱਥੇ ਹਰ ਕੋਈ ਉਮਰ ਦਾ ਜਿਹੜਾ ਬੰਦਾ ਉੱਥੇ ਖਾ ਰਿਹਾ, ਪਰ ਕੀ ਲੱਗਦਾ ਕਿ ਵਿਦਿਆਰਥੀਆਂ 'ਤੇ ਇਹ ਜਿਹੜਾ ਫੈਸਲਾ ਥੋਪਿਆ ਗਿਆ ਉਹ ਕਿੰਨਾ ਕੁ ਜਾਇਜ਼ ਹੈ? ਮੈਮ, ਇੱਦਾਂ ਵੀ ਜਿਵੇਂ ਹੁਣ ਵਿਦਿਆਰਥੀ ਜਿਹੜੇ ਘਰ ਤੋਂ ਬਾਹਰ ਰਹਿੰਦੇ ਆ ਉਹਨਾਂ ਦੀ ਤਾਂ ਮਜਬੂਰੀ ਵੀ ਹੁੰਦੀ ਹੈ ਨਾ, ਅਤੇ ਬਾਕੀ ਜਿੱਦਾਂ ਹੁਣ ਲੋਕ ਇੰਜੋਏ ਲਈ ਹੈ ਨਾ, ਜਿਵੇਂ ਘਰੋਂ ਬਾਹਰ ਵੀਕਐਂਡ 'ਤੇ ਵੀ ਕਹਿੰਦੇ ਵੀ ਅੱਜ ਛੁੱਟੀ ਹੈ ਬਾਹਰਲਾ ਖਾਂਦੇ ਹੈ ਨਾ, ਫੈਮਲੀਜ਼ ਨੂੰ ਵਾਈਫ ਵਗੈਰਾ ਨੂੰ ਹੁੰਦਾ ਵੀ ਅਸੀਂ ਚਲੋ ਅੱਜ ਛੱਡੀਏ ਵੀ ਬਾਹਰ ਖਾਂਦੇ ਹਾਂ ਆਪਾਂ, ਇੱਕ ਤਰ੍ਹਾਂ ਦਾ ਟ੍ਰੈਂਡ ਵੀ ਬਣਿਆ ਹੋਇਆ, ਅਤੇ ਬਾਕੀ ਇਹ ਵੀ ਹੈ ਵੀ ਜੇ ਆਪਾਂ ਬਾਹਰਲਾ ਖਾਂਦੇ ਹਾਂ ਤਾਂ ਉਹਨਾਂ ਪ੍ਰੋਬਲਮ ਦਾ ਵੱਧ ਕ੍ਰੀਏਟ ਹੁੰਦੀ ਉਹ ਹੈ, ਠੀਕ ਹੈ ਜੀ, ਜਿੰਨਾ ਇਹਨੂੰ ਅਵੋਇਡ ਕਰ ਸਕਦੇ ਉਨਾ ਕਰਨਾ ਚਾਹੀਦਾ, ਮੇਰੇ ਹਿਸਾਬ ਨਾਲ ਤਾਂ ਇਹ ਗਲਤੀ ਹੈ। ਹੁਣ ਜਿਵੇਂ ਜਿਹੜੇ ਬਾਹਰ ਘਰ ਤੋਂ ਦੂਰ ਰਹਿੰਦੇ ਨੇ, ਹੋਸਟਲ ਵਗੈਰਾ ਪੀ ਜੀ ਵਗੈਰਾ ਰਹਿੰਦੇ ਨੇ, ਉਹਨਾਂ ਲਈ ਤਾਂ ਚਲੋ ਇੱਕ ਮਜਬੂਰੀ ਹੈ, ਉਹਨਾਂ ਨੇ ਖਾਣਾ ਹੀ ਖਾਣਾ, ਉਹਨਾਂ ਨੂੰ ਤਾਂ ਘਰ ਦਾ ਮਿਲਣਾ ਨਹੀਂ, ਪਰ ਜਿਹੜੇ ਲੋਕਾਂ ਦਾ ਹੋ ਸਕਦਾ ਵੀ ਆਪਣੇ ਘਰ ਜਾਂਦੇ, ਉਹਨਾਂ ਨੂੰ ਤਾਂ ਵੱਧ ਤੋਂ ਵੱਧ ਘਰ ਦਾ ਹੀ ਖਾਣਾ ਚਾਹੀਦਾ। ਜਦੋਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਾਂ ਤਾਂ ਇਹ ਵੀ ਗੱਲ ਬੜੀ ਵਾਰ ਦੇਖਣ ਨੂੰ ਆਉਂਦੀ ਹੈ ਕਿ ਜਿਹੜੇ ਵਿਦਿਆਰਥੀ ਤਾਂ ਲੋਕਲ ਹੁੰਦੇ ਨੇ, ਜਿਹੜੇ ਹਰ ਰੋਜ਼ ਘਰਾਂ ਤੋਂ ਆਉਂਦੇ ਨੇ, ਉਹ ਆਪਣਾ ਰੋਟੀ ਦਾ ਡੱਬਾ ਲੈ ਕੇ ਆਉਂਦੇ ਨੇ, ਅਤੇ ਉਹ ਹਮੇਸ਼ਾ ਉਹ ਵਿਦਿਆਰਥੀ ਖਾਣਾ ਪਸੰਦ ਕਰਦੇ ਨੇ ਜਿਹੜੇ ਹੋਸਟਲਾਂ 'ਚ ਹੁੰਦੇ ਨੇ, ਅਤੇ ਜਿਹੜੇ ਬੱਚੇ ਘਰ ਦਾ ਰੋਜ਼ ਖਾਣਾ ਖਾਂਦੇ ਨੇ ਉਹ ਜੰਕ ਫੂਡ ਪ੍ਰੈਫਰ ਕਰਦੇ ਨੇ। ਸਾਡੇ ਨਾਲ ਇੱਦਾਂ ਹੀ ਹੁੰਦਾ, ਜੇ ਮੈਂ ਘਰੋਂ ਲੈ ਕੇ ਆਉਂਦਾ ਤਾਂ ਮੇਰੇ ਦੋਸਤ ਖਾ ਲੈਂਦੇ ਹੈ, ਅਤੇ ਸਾਨੂੰ ਐਂ ਹੁੰਦਾ ਵੀ ਸਾਨੂੰ ਬਾਹਰਲਾ ਖਾਣ ਦਾ ਮੌਕਾ ਮਿਲ ਗਿਆ ਨਾ, ਇੱਦਾਂ ਆਦਤਾਂ ਥੋੜ੍ਹੀਆਂ ਖਰਾਬ ਹੋ ਜਾਂਦੀਆਂ, ਫਿਰ ਬਾਹਰ ਦੇ ਖਾਣੇ ਦੀ ਆਦਤ ਪੈ ਜਾਂਦੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹੈ ਜਿਹੜੇ ਤੁਸੀਂ ਸੁਣ ਲਏ, ਬਾਹਰੋਂ ਆ ਕੇ ਜਿਹੜੇ ਰਹਿ ਰਹੇ ਵਿਦਿਆਰਥੀ ਉਹ ਵੀ, ਤੇ ਜਿਹੜੇ ਕੁਝ ਲੋਕਲ ਵਿਦਿਆਰਥੀ ਨੇ ਉਹ ਵੀ, ਰਲੇਵਾ ਮਿਲਵਾ ਪ੍ਰਤੀਕਰਮ ਜਿਹੜਾ ਸਾਹਮਣੇ ਆ ਰਿਹਾ ਹੈ ਇਸ ਫੈਸਲੇ ਤੇ, ਹਾਲਾਂਕਿ ਜ਼ਿਆਦਾ ਜਿਹੜੀਆਂ ਵੋਟਾਂ ਨੇ ਉਹ ਇਸ ਫੈਸਲੇ ਨੂੰ ਗਲਤ ਹੀ ਕਰਾਰ ਦਿੰਦੀਆਂ ਨੇ, ਕਿਉਂਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਵਿਦਿਆਰਥੀ ਜੀਵਨ ਦੇ ਵਿੱਚ ਜੰਕ ਫੂਡ ਜਿਹੜਾ ਹੈ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਾਅਦ ਜ਼ਿੰਦਗੀ ਦੇ ਹੋਰ ਰੁਝੇਵੇਂ ਹੋ ਜਾਂਦੇ ਨੇ, ਸੋ ਵਿਦਿਆਰਥੀ ਜੀਵਨ ਦੇ ਵਿੱਚ ਇਹ ਕਿਤੇ ਨਾ ਕਿਤੇ ਜ਼ਰੂਰੀ ਵੀ ਹੈ। ਹੋਰ ਵੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਬੋਲ ਰਹੇ ਨੇ ਯੂਨੀਵਰਸਿਟੀ ਦੇ ਉਸ ਫਰਮਾਨ ਦੇ ਖਿਲਾਫ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ, ਜੰਕ ਫੂਡ ਨੂੰ ਲੈ ਕੇ ਜੰਕ ਫੂਡ ਬੰਦ ਕਰ ਦਿੱਤਾ ਗਿਆ। ਕੁੜੀਆਂ ਮੇਰੇ ਆਸ ਪਾਸ ਤੁਸੀਂ ਦੇਖ ਸਕਦੇ ਹੋ ਬੈਠੀਆਂ ਨੇ, ਅਤੇ ਕਹਿੰਦੇ ਨੇ ਹਮੇਸ਼ਾ ਕਿਹਾ ਜਾਂਦਾ ਕੁੜੀਆਂ ਜੰਕ ਫੂਡ ਖਾਂਦੀਆਂ ਬੜੀਆਂ ਸ਼ੌਕੀਨ ਹੁੰਦੀਆਂ ਨੇ, ਹਾਲਾਂਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਨਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਕਿਹਾ ਜਾਂਦਾ ਹੈ ਕਿ ਗੋਲ ਗੱਪੇ ਹੋ ਗਏ ਕੁੜੀਆਂ ਜ਼ਿਆਦਾ ਖਾਂਦੀਆਂ ਨੇ, ਪਰ ਮੈਂ ਤਾਂ ਜਿਹੜੇ ਮੁੰਡੇ ਵੀ ਬਹੁਤ ਸਾਰੇ ਆ ਗੋਲ ਗੱਪੇ ਖਾਂਦੇ ਦੇਖੇ ਨੇ, ਤੁਸੀਂ ਵੀ ਦੇਖੇ ਹੋਣਗੇ ਹੈ ਨਾ। ਕੀ ਨਾਮ ਹੈ? ਕੈਨਨ। ਕੈਨਨ ਨਾਮ ਬੜਾ ਤੁਹਾਡਾ ਸੋਹਣਾ ਹੈ, ਡਿਫਰੈਂਟ ਹੈ, ਇਹਦਾ ਮਤਲਬ ਕੀ ਹੈ? ਥੈਂਕ ਯੂ। ਕੈਨਨ ਦਾ ਨਾਮ ਤੋਪ। ਅੱਛਾ, ਇਹ ਤੋਪ ਵਰਗੀ ਕੁੜੀ, ਯਾਨੀ ਕਿ ਇਹ ਕਹਿ ਰਹੀ ਹੈ ਕਿ ਮੈਂ ਤੋਪ ਹਾਂ। ਅੱਛਾ, ਆਪਾਂ ਗੱਲ ਕਰਦੇ ਹਾਂ, ਜੰਕ ਫੂਡ ਬੰਦ ਕਰ ਦਿੱਤਾ ਤੁਹਾਡੀ ਯੂਨੀਵਰਸਿਟੀ ਨੇ, ਹੈ ਨਾ, ਸੋ ਜਦੋਂ ਇਹ ਸੁਣਿਆ ਸੀਗਾ ਫਸਟ ਰਿਐਕਸ਼ਨ ਕੀ ਸੀ? ਫਸਟ ਰਿਐਕਸ਼ਨ ਇਹੀ ਸੀ ਕਿ ਜੰਕ ਫੂਡ ਬੈਨ ਕਰਨ ਦਾ ਮਤਲਬ ਇੰਨਾ ਉਹ ਹੈ ਨਹੀਂ, ਇਟਸ ਆਲਵੇਜ਼ ਅ ਪਰਸਨਲ ਚੋਇਸ ਆਫ ਐਵਰੀ ਵਨ, ਅਗਰ ਕਿਸੇ ਨੇ ਖਾਣਾ ਹੈ, ਅਗਰ ਉਹਨੂੰ ਅਵੇਲੇਬਲ ਨਹੀਂ ਹੈ, ਹੀ ਔਰ ਸ਼ੀ ਵਿਲ ਮੇਕ ਅਵੇਲੇਬਲ ਫੋਰ ਹਿਮਸੈਲਫ,
बट यह है कि यह परसनल चॉइस होंगी है कि अगर अपनी अपन है कि आप परसनल फिटनेस का ध्यान रख रहे हैं अपनी तो आप खाना नहीं है तो आप अगर सामने भी पाऊ वह नहीं खाऊगा बट जिन्हें खाना है उन्हें कितों भी अरेंज करके खा ही लेना है जिमें हम मैस के या फिर बंद कर दिता गया यूनिवर्सिटी के अंदर पैकेट्स बंद किए गए हैं या फिर जड़िया ऑयली चीज़ा बंद की गई हैं बट जिन्हें खाना है इट्स अवेलेबल इन एवरीवेयर इन आउटसाइड द मार्केट उन्हें खा ही लेना उतों भी अगर हूँ हॉस्टलर्स ने जोड़े उन्होंने लैना है तो उन्होंने पैक करवा के अपने बैग्स फिल करा के लै ही आना नो वन इज़ गोइंग टू चैक दियर बैग्स ऑफकोर्स बट अब जिन्हें खाना है तो खा लेना है यही है कि मतलब अगर बंद कर दिता है तो एवरी वन विल स्टॉप डूइंग दैट मतलब खा सकते हैं वो मतलब उन्होंने बाहरों बैन नहीं होया या तो हो कि पूरे कंट्री के बैन हो स्टॉप होगी ये चीज़ बट इट्स ऑलवेज अ पर्सनल चॉइस ऑफ एवरी वन कि जिन्हें खाना है वो खाएगा जिन्हें नहीं खाना उन्हें वैसे भी नहीं खाना है जिम्मे मैं पहला कह के हटी कि यह जी चीज़ है विद्यार्थियों के उपर तो थोप दी गई है विद्यार्थियों के उपर यह फरमान जारी कर दिता गया पर बाहर जेकर असं शहर के देखिए थान थान के उपर जंक फूड के जोड़े आ बने हुए ने स्पॉट बने हुए हैं उत्थे हर उम्र के छोटे बच्चों तो लैके बुजुर्ग तक उत्थे जंक फूड खा रहे हैं सो यह विद्यार्थियों के उपर फैसला थोपना जोड़ा है वह कि सही है या गलत है कि लगता है कि सिर्फ विद्यार्थी वर्ग ही रह गया दुनिया जिहड़ा जंक फूड खा रहा है नहीं सिर्फ विद्यार्थी वर्ग तो नहीं है ओनली स्टूडेंट्स तो नहीं है बिल्कुल जो बिल्कुल छोटे बच्चे उदों तो ही स्टार्ट कर दी जाती है मतलब अभी देखते हैं अजकल तो हर थान से बच्चों की अलग पैकिंग आ रही है चाहे मैकडोनल्ड्स हो डोमिनोज़ हो हर एक तो फैमिली पैक अलग होंगे चिल्ड्रन किड्स पैक अलग होंगे मतलब एडल्ट्री पैक अलग होंगे हर जगह पर मतलब एक एक हर एक एज के अकॉर्डिंग उवें सैटअप कर दिए गए हैं सैटअप होए ने जिम्मे स्टूडेंट्स लिए अलग चिल्ड्रन अलग होंगे एडल्ट्स लिए अलग होंगे फैमिली पैक अलग होंगे मतलब ਇਹਦਾ ਤਾਂ ਉਹੀ ਹੈ ਕਿ ਉਹਨਾਂ ਨੇ ਉਵੇਂ ਦੀ ਬਣਾਈ ਹੋਈ ਹੈ ਪੈਕਿੰਗਸ ਅਗਰ ਸਟੂਡੈਂਟਸ ਲਈ ਨੇ ਚਿਲਡਰਨ ਦੇ ਬੱਚਿਆਂ ਲਈ ਨੇ ਤਾਂ ਉਹਨਾਂ ਨੇ ਉਵੇਂ ਨਹੀਂ ਡਿਜ਼ਾਈਨ ਕਰਕੇ ਉਹਨਾਂ ਦਾ ਕੋਂਬੋ ਉਵੇਂ ਦਾ ਉਹਨਾਂ ਨੇ ਅਰੇਂਜ ਕੀਤਾ ਕਿ ਉਹ ਸਿਰਫ ਸਟੂਡੈਂਟਸ ਲਈ ਜਿਵੇਂ ਕੰਫਰਟੇਬਲ ਹੁੰਦੇ ਆ ਸਟੂਡੈਂਟਸ ਜਿਹੜੀ ਚੀਜ਼ ਜ਼ਿਆਦਾ ਪ੍ਰੈਫਰ ਕਰਦੇ ਆ ਉਹ ਉਵੇਂ ਹੀ ਐਡਰੈਸ ਕਰਦੇ ਆ ਉਹ ਚੀਜ਼ ਮੰਨਦੇ ਹੋ ਕਹਿੰਦੇ ਜਾਂ ਤਾਂ ਹਰ ਪਾਸੇ ਬੈਨ ਹੋਵੇ ਹਾਂਜੀ ਜੇ ਬੈਨ ਹੋਣਾ ਤਾਂ ਫਿਰ ਉਹਦੀ ਗਰਾਊਂਡ ਜਿਹੜੀ ਜ਼ੀਰੋ ਆ ਉਹ ਤੋਂ ਸ਼ੁਰੂਆਤ ਕੀਤੀ ਜਾਵੇ ਸਿਰਫ ਵਿਦਿਆਰਥੀਆਂ ਨੂੰ ਇੱਕ ਟਾਰਗੇਟ ਨਾ ਕੀਤਾ ਜਾਵੇ ਹਾਂਜੀ ਇਹ ਹੈ ਕਿ ਅਗਰ ਬੈਨ ਮਤਲਬ ਅਗਰ ਇਹ ਸੋਚ ਰਹੇ ਹੈ ਆਪਣੀ ਇੰਡੀਆ ਨੂੰ ਅੱਗੇ ਵਧਾਉਣ ਦੀ ਸੋਚ ਰਹੇ ਹੈ ਕੁਛ ਇਹਨਾਂ ਨੇ ਡਿਸੀਜਨ ਲਿੱਤਾ ਤਾਂ ਸਿਰਫ ਉਹ ਇੰਨੀ ਇੱਕ ਸਾਈਡ ਤੋਂ ਨਹੀਂ ਲੈਣਾ ਚਾਹੀਦਾ ਉਹ ਬਿਲਕੁਲ ਉਹਦੀ ਰੂਟ ਤੋਂ ਸੋਚਣਾ ਚਾਹੀਦਾ ਹੁਣ ਅਗਰ ਆਪਾਂ ਡਰੱਗਸ ਦੀ ਗੱਲ ਕਰੀਏ ਇਹਨੂੰ ਇਹਦੇ ਨਾਲ ਕਨੈਕਟ ਕਰਕੇ ਹੁਣ ਅਗਰ ਆਪਾਂ ਡਰੱਗਸ ਦੇ ਬਾਰੇ ਸੋਚ ਰਹੇ ਹਾਂ ਕਿ ਡਰੱਗਸ ਦੇ ਸਿਰਫ ਇੱਕ ਸ਼ੋਪ 'ਤੇ ਤੁਸੀਂ ਬੈਨ ਕਰ ਰਹੇ ਹੋ ਕਿ ਸਿਰਫ ਇਹ ਸੈਕਟਰ ਜਿਵੇਂ ਚੰਡੀਗੜ੍ਹ ਦੇ ਆਪਾਂ ਕਹਿ ਦਈਏ 15 ਸੈਕਟਰ ਹੈ 15 ਸੈਕਟਰ ਵਾਲੀ ਮਾਰਕੀਟ ਦੇ ਵਿੱਚ ਬੰਦ ਕਰ ਦਿੱਤੇ ਜਾਣ ਡਰੱਗਸ ਤਾਂ ਇਹ ਨਹੀਂ ਹੈ ਕਿ ਉਹ ਜਿਹੜੇ 15 ਦੇ ਵਿੱਚ ਰਹਿੰਦੇ ਆ ਉਹ ਡਰੱਗਸ ਨਹੀਂ ਲੈਣਗੇ ਉਹ ਕਿਤੋਂ ਵੀ ਚੰਡੀਗੜ੍ਹ ਦੇ ਕਿਸੇ ਵੀ ਸੈਕਟਰ ਦੇ ਵਿੱਚ ਚਲੇ ਜਾਣਗੇ ਕਿਤੋਂ ਵੀ ਲੱਭਣਗੇ ਅਤੇ ਉਹ ਕਰਨਗੇ ਹੁਣ 15 ਸੈਕਟਰ ਦੇ ਵਿੱਚ ਸਾਰੇ ਜਣੇ ਤਾਂ ਡਰੱਗਸ ਕਰਦੇ ਨਹੀਂ ਹੈ ਸਾਰੇ ਜਣੇ ਡਰੱਗਸ ਦੇ ਸ਼ੌਕੀਨ ਨਹੀਂ ਹੈ ਸਾਰੇ ਜਾਂ ਸਾਰੇ ਐਡਿਕਟਿਡ ਨਹੀਂ ਹੈ ਡਰੱਗਸ 'ਤੇ ਅਤੇ ਜਿਹੜੇ ਨਹੀਂ ਹੈਗੇ ਉਹਨਾਂ ਨੇ 15 ਚੋਂ ਲੈ ਕੇ ਵੀ ਨਹੀਂ ਕਰਨਾ ਜਿਨ੍ਹਾਂ ਨੇ ਕਰਨਾ ਉਹ 15 ਤੋਂ ਬਾਹਰ ਜਾ ਕੇ ਵੀ ਕਰਨਗੇ ਬਿਲਕੁਲ ਬਹੁਤ ਸਹੀ ਗੱਲ ਕਹੀ ਹੈ ਇਸ ਕੁੜੀ ਨੇ ਕਿ ਜੇਕਰ ਅਸੀਂ ਯੂਨੀਵਰਸਿਟੀ ਦੇ ਵਿੱਚ ਬੰਦ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵਿਦਿਆਰਥੀਆਂ ਦੀ ਸਿਹਤ ਲਈ ਬਹੁਤ ਚੰਗਾ ਫੈਸਲਾ ਲਿਆ ਕਿਉਂਕਿ ਜਿਹੜੇ ਸ਼ੌਕੀਨ ਨੇ ਉਹਨਾਂ ਨੇ ਤਾਂ ਬਾਹਰੋਂ ਵੀ ਖਾ ਲੈਣਾ ਇਸ ਕਰਕੇ ਜੇਕਰ ਇਸ ਫੈਸਲੇ ਨੂੰ ਵਾਕਏ ਦੇ ਵਿੱਚ ਸਰਕਾਰ ਚਾਹੁੰਦੀ ਹੈ ਜਾਂ ਪ੍ਰਸ਼ਾਸਨ ਚਾਹੁੰਦਾ ਤਾਂ ਗਰਾਊਂਡ ਜ਼ੀਰੋ ਤੋਂ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਕੀ ਨਾਮ ਹੈ ਸਿੰਬਲ ਸਿੰਬਲ ਤੁਸੀਂ ਹੋਸਟਲ ਰਹੋ ਜਾਂ ਫਿਰ ਪੀਜੀ ਪੀਜੀ ਰਹਿੰਦੇ ਹੋ ਯਾਨੀ ਘਰ ਤੋਂ ਬਾਹਰ ਹੀ ਰਹਿੰਦੇ ਹੋ ਹਾਂਜੀ ਹਾਂਜੀ ਅਤੇ ਖਾਣਾ ਖੁਦ ਕੁੱਕ ਕਰਦੇ ਹੋ ਹਾਂਜੀ ਮੈਂ ਖੁਦ ਕੁੱਕ ਕਰਦੀ ਹਾਂ ਜਦੋਂ ਘਰ ਤੋਂ ਬਾਹਰ ਰਹਿੰਦਾ ਹੈ ਤਾਂ ਉਦੋਂ ਨਾ ਜੰਕ ਫੂਡ ਖਾਣ ਦੇ ਚਾਂਸਿਸ ਥੋੜ੍ਹੇ ਵੱਧ ਜਾਂਦੇ ਨੇ ਇੰਸਟੈਡ ਕਿ ਇੱਕ ਡੇਲੀ ਲੋਕਲ ਜਿਹੜਾ ਬੱਚਾ ਹੁੰਦਾ ਹੈ ਉਹਦੇ ਨਾਲੋਂ ਵੱਧ ਕੇ ਤਾਂ ਹਫ਼ਤੇ 'ਚ ਕਿੰਨੀ ਵਾਰ ਖਾ ਲੈਂਦੇ ਹੋ ਹਫ਼ਤੇ ਬਾਅਦ ਖਾਧਾ ਜਾਂਦਾ ਹੈ ਬਟ ਇੱਦਾਂ ਹੈ ਕਿ ਮਤਲਬ ਜੋ ਫਾਸਟ ਫੂਡ ਜੋ ਇਹਨਾਂ ਨੇ ਬੰਦ ਕੀਤਾ ਹੈਗਾ ਇਹ ਮੇਰੇ ਹਿਸਾਬ ਨਾਲ ਕਿਡਸ ਲਈ ਜ਼ਿਆਦਾ ਮਤਲਬ ਹੋਣਾ ਚਾਹੀਦਾ ਕਿ ਕਿਡਸ ਨੂੰ ਘੱਟ ਕਿਉਂਕਿ ਉਹਨਾਂ ਦੀ ਸਿਹਤ 'ਤੇ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਦੀ ਗਰੋਇੰਗ ਏਜ ਹੁੰਦੀ ਹੈ ਇਸ ਕਰਕੇ ਮਤਲਬ ਹੋਸਟਲਰ ਵਾਲੇ ਬੱਚੇ ਤਾਂ ਉਹਨਾਂ ਦੀ ਏਜ ਇੰਨੀ ਕੁ ਮੈਚਿਓਰ ਹੁੰਦੇ ਆ ਕਿ ਪੇਰੈਂਟਸ ਨੇ ਉਹਨਾਂ ਨੂੰ ਬਾਹਰ ਭੇਜਿਆ ਹੋਇਆ ਅਤੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕੀ ਖਾਣਾ ਮਤਲਬ ਮੇਰੇ ਅਕੋਰਡਿੰਗ ਤਾਂ ਇਹ ਬੈਨ ਹੋਣਾ ਮਤਲਬ ਹੈ ਨਹੀਂ ਠੀਕ ਜਿਹੜਾ ਯੂਨੀਵਰਸਿਟੀ ਦੇ ਉੱਪਰ ਇਹਨਾਂ ਨੇ ਫੈਸਲਾ ਥੋਪਿਆ ਹੈ ਤੁਹਾਡੇ ਸਾਰੇ ਸਟੂਡੈਂਟਸ ਦੇ ਉੱਪਰ ਜਿਹੜਾ ਇਹ ਰੱਖਿਆ ਹੈ ਫੈਸਲਾ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਸਹੀ ਹੈ ਗਲਤ ਹੈ ਨਹੀਂ ਮੈਨੂੰ ਨਹੀਂ ਲੱਗਦਾ ਇਹ ਠੀਕ ਹੈ ਕਿਉਂਕਿ ਮਤਲਬ ਇੰਨੀ ਕੁ ਮੈਚਿਓਰ ਏਜ ਦੇ ਬੱਚੇ ਹੈ ਇੱਥੇ ਮਤਲਬ ਕਿ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਮਤਲਬ ਕੀ ਖਾਣਾ ਕੀ ਨਹੀਂ ਖਾਣਾ ਕਿਸ ਅਕੋਰਡਿੰਗ ਖਾਣਾ ਹੈ ਉਹਨਾਂ ਦੀ ਰਿਸਪੋਂਸੀਬਲ ਖੁਦ ਹੁੰਦੇ ਆ ਕਿਉਂਕਿ ਮਤਲਬ ਆਪਾਂ ਚਾਹੁੰਦੇ ਹਾਂ ਇੰਡੀਆ ਦੇ ਬੱਚੇ ਯੂਥ ਇੰਨੀ ਕੁ ਮਤਲਬ ਰਿਸਪੋਂਸੀਬਲ ਹੋਵੇ ਕਿ ਉਹਨਾਂ ਨੂੰ ਖੁਦ ਪਤਾ ਹੋਵੇ ਇਹ ਚੀਜ਼ਾਂ ਗਵਰਨਮੈਂਟ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਭੈਣ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਇਹ ਬਹੁਤ ਅੱਛੀ ਇੱਕ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਉੱਪਰ ਇਹ ਫੈਸਲਾ ਥੋਪਿਆ ਗਿਆ ਹੈ ਉਹ ਵਿਦਿਆਰਥੀ ਤਾਂ ਜਿਹੜੇ ਆ ਇੰਨੇ ਕੁ ਮੈਚਿਓਰ ਹੈਗੇ ਨੇ ਕਿ ਉਹ ਸੋਚ ਸਕਦੇ ਨੇ ਉਹ ਸਮਝ ਸਕਦੇ ਨੇ ਕਿ ਜਿਹੜਾ ਜੰਕ ਫੂਡ ਹੈ ਉਹ ਕਿੰਨਾ ਕੁ ਖਾਣਾ ਹੈ ਅਤੇ ਕਿਹੜਾ ਖਾਣਾ ਹੈ ਪਰ ਜਿਹੜੀ ਚੀਜ਼ ਸੋਚਣ ਦੀ ਹੈ ਜਿਹੜੀ ਜ਼ਰੂਰਤ ਹੈ ਉਹ ਛੋਟੇ ਬੱਚੇ ਨੇ ਜਿਹੜੇ ਕਿ ਆਪਣੇ ਆਪ ਜਿਹੜਾ ਉਹ ਫੈਸਲਾ ਨਹੀਂ ਲੈ ਸਕਦੇ ਕਿ ਖਾਣਾ ਚਾਹੀਦਾ ਜਾਂ ਕਿੰਨਾ ਖਾਣਾ ਚਾਹੀਦਾ ਇਸ ਕਰਕੇ ਜੇਕਰ ਚਾਹੁੰਦੇ ਨੇ ਸਾਡੀਆਂ ਸਰਕਾਰਾਂ ਹੋਵੇ ਸਾਡਾ ਪ੍ਰਸ਼ਾਸਨ ਹੋਵੇ ਜਾਂ ਕਾਲਜ ਯੂਨੀਵਰਸਿਟੀਜ਼ ਵਾਲੇ ਤਾਂ ਸਾਰੇ ਹੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਈਵਨ ਕਿ ਸਕੂਲ ਦੇ ਵਿੱਚ ਇਹ ਚੀਜ਼ ਜਿਹੜੀ ਬੰਦ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ
हेलो की नाम है दीक्षा दीक्षा तुहाडी यूनिवर्सिटी दे विच जंक फूड बंद कर दिता गया है इस डिसीजन नूं तुसी गलत समझते हो या सही ठीक है आजकल के हेल्थ इश्यूज को देखा जाए तो उसके अकॉर्डिंग सही है हाँ जी हॉस्टल हो या फिर तुसी घरों आंदे हो नहीं नहीं मैं एक्चुअली मैं यूनिवर्सिटी से नहीं हूँ हाँ मैं अपनी फ्रेंड से मिलने आई थी जो इस टाइम जंक फूड ही खा रही है तो मानते हो कि कितना कितने इस एज दे विच जंक फूड खाना भी ज़रूरी हो जाता है हाँ मतलब आज की जनरेशन आपको पता ही है जंक फूड के बिना रहती नहीं है बट स्टिल ठीक है बंद होना चाहिए कि उसकी वजह से कितने ही तो हेल्थ इश्यूज़ होते हैं वो पता ही है हमें पर ठीक है बंद हो गया बंद होएगा तब भी हम बंद करेंगे खाना कि कला यूनिवर्सिटी दे विच बंद करने दे नाल सर जाएगा या हर एक पासे ये डिसीजन लेना पवेगा स्पेशली स्कूल्स में मुझे लगता है स्पेशली स्कूल्स में ये बंद होना चाहिए क्योंकि मतलब वहीं से तो फिर आदत पड़ती है बच्चों को खाने की मतलब यूनिवर्सिटी तक पहुँच के तो फिर वो इतने ज़्यादा हैबिचुअल हो चुके होते हैं कि घर का खाना तो फिर चलो पसंद ही नहीं आता है उन्हें सो कुड़ियां जिहड़ियां ने वो बार बार इस गल ते जोर दे रही ने कि ये जिहड़ा फैसला लागू करना चाहिए वो जमीन तो लागू करना चाहिए यानी कि शुरुआत जिहड़ी हुंदी है बच्चे जो ग्रो कर रहे हुंदे ने उस टाइम तो ही अजकल दे बच्चे जेकर देखिए तो इन्ने का ज़्यादा अडिक्टड हो गए ने जंक फूड दे कि उन्हां नूं अगे जाके रोकना जिहड़ा है मुश्किल तक ही नामुमकिन जिहा लगदा सो अजकल दे बच्चे जिहड़े आ यूनिवर्सिटी दे फैसले नूं किते ना किते जिथे सही भी कह रहे ने उत्थे भी कह रहे ने कि जेकर फैसला होवे तां हर एक पासे बराबर दे जिहड़ा है वो लागू होना चाहिए ना कि सिर्फ एक यूनिवर्सिटी के विद्यार्थियों को टारगेट करके जिहड़ा है ये फैसला थोप दिता जाना चाहिए होर भी विद्यार्थियों के नाल गलबात करांगे ओह की कहिंदे ने फिलहाल रुकदे आं एक होर छोटे जे ब्रेक दे लई ब्रेक तो बाद एक बार फिर तुहाडा स्वागत है पंजाब बोलदा दे विच ते पंजाब बोलदा दे विच अज पंजाब यूनिवर्सिटी के विद्यार्थी बोल रहे ने यूनिवर्सिटी के उस फैसले के खिलाफ जिहड़ा फरमान जारी कर दिता गया है जंक फूड यूनिवर्सिटी के विच बंद कर दिता गया है मैस दे विच हॉस्टल की जिहड़ी मैस है उहदे विच ते इत्थे मेन कैंपस की जेकर गल की जाए पर विद्यार्थियों का की कहना है रलवां मिलवां प्रतिक्रम सामने आ रहा है कुछ विद्यार्थी कह रहे हैं कि फैसला सही है कुछ कह रहे हैं कि गलत है जेकर यह लागू होना चाहिए तो हर पास लागू होना चाहिए ना कि सिर्फ एक यूनिवर्सिटी के ਵਿਦਿਆਰਥੀਆਂ ਦੇ ਉੱਪਰ ਥੋਪ ਦੇਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮੈਂ ਗਗਨਦੀਪ ਸਿੰਘ ਗਗਨ ਇਹ ਜਿਹੜਾ ਫੈਸਲਾ ਫਰਮਾਨ ਜਾਰੀ ਕੀਤਾ UGC ਦੇ ਗਾਈਡਲਾਈਨਸ ਦੇ ਮੁਤਾਬਿਕ ਕਿਸ ਤਰ੍ਹਾਂ ਦੇਖਦੇ ਹੋ ਕਿ ਵਿਦਿਆਰਥੀਆਂ ਦੇ ਲਈ ਫੈਸਲਾ ਸਹੀ ਹੈ ਜਾਂ ਗਲਤ ਮੈਮ ਗਲਤ ਗੱਲ ਹੈ ਕਿਉਂਕਿ ਜਦੋਂ ਵੀ ਆਪਾਂ ਕਲਾਸਿਸ ਲਗਾਉਂਦੇ ਹਾਂ ਜੇ ਆਪਣੇ ਕੋਲ 10-15 ਮਿੰਟ ਹੁੰਦਾ ਟਾਈਮ ਹੈ ਨਾ ਫ੍ਰੀ ਹੁੰਦਾ ਉਦੋਂ ਬੱਚੇ ਬਾਹਰ ਜਾ ਕੇ ਖਾ ਕੇ ਆਣਗੇ ਜਾਂ ਇੱਥੇ ਆਪਦਾ ਖਾਣਗੇ ਇਹ ਚਾਹੁੰਦੇ ਆ ਕਿ ਇੱਥੇ ਕੀਤਾ ਜਾਵੇ ਲੱਗਦਾ ਕਿ ਜੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਿਹਤ ਹੀ ਖਰਾਬ ਹੋ ਰਹੀ ਹੈ ਮੈਮ ਇਹ ਤਾਂ ਜਿਵੇਂ ਕਹਿ ਦਈਏ ਫਾਲਤੂ ਦੀਆਂ ਗੱਲਾਂ ਜੇ ਆਪਾਂ 18 ਸਾਲ ਤੋਂ ਬਾਅਦ ਆਪਣਾ ਕੋਈ MLA ਠੀਕ ਹੈ MP ਵਗੈਰਾ ਚੁਣ ਸਕਦੇ ਹਾਂ ਤਾਂ ਆਪਾਂ ਨੂੰ ਇੰਨੀ ਵੀ ਨੌਲੇਜ ਹੈਗੀ ਹੈ ਕਿ ਇਹ ਚੀਜ਼ ਆਪਣੇ ਲਈ ਗਲਤ ਹੈ ਜਾਂ ਸਹੀ ਹੈ ਇਸ ਗੱਲ ਨਾਲ ਸਹਿਮਤ ਹੋ ਕਿ ਅਸੀਂ ਇੰਨੇ ਕੁ ਮੈਚਿਓਰ ਹਾਂ ਕਿ ਸਾਨੂੰ ਪਤਾ ਹੈ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਖਾਣ ਲਈ ਜਾਂ ਕਿਹੜੀ ਚੀਜ਼ ਨਹੀਂ ਹੈ ਯੈਸ ਮੈਮ ਇੰਨੇ ਮੈਚਿਓਰ ਹੈਗੇ ਤਾਂ ਹੀ ਮੈਮ ਇੰਨੀ ਦੂਰੋਂ ਪੜ੍ਹਨ ਆ ਰਹੇ ਹਾਂ ਠੀਕ ਹੈ ਸਾਨੂੰ ਇੰਨਾ ਪਤਾ ਕਿ ਹਾਂ ਅਸੀਂ ਬਾਹਰ ਜਾ ਕੇ ਇਹ ਕੰਮ ਕਰਨਾ ਇਹ ਨਹੀਂ ਕਰਨਾ ਜੇ ਸਾਨੂੰ ਇਹਦੀ ਨੌਲੇਜ ਹੈ ਤਾਂ ਆਪਦੀ ਸਰੀਰ ਦੀ ਫਿਟਨੈਸ ਦੀ ਵੀ ਪ੍ਰੋਬਲਮ ਆ ਸਕਦੀ ਹੈ ਜੀ ਮੈਮ ਕੀ ਨਾਮ ਹੈ ਸੁਦੀਪ ਨਾਮ ਹੈ ਜੀ ਸੁਦੀਪ ਯੂਨੀਵਰਸਿਟੀ ਕਹਿ ਰਹੀ ਹੈ ਕਿ ਇਹ ਹੁਣ ਜੰਕ ਫੂਡ ਜਿਹੜਾ ਹੈ ਚਿਪਸ ਹੋ ਗਏ ਸਮੋਸੇ ਹੋ ਗਏ ਹੋਰ ਜਿੰਨੀਆਂ ਪਾਸਤਾ ਨੂਡਲਸ ਇਹ ਸਾਰਾ ਕੁਝ ਬੰਦ ਕਰ ਦਿੱਤਾ ਜਾਵੇਗਾ ਕੀ ਲੱਗਦਾ ਹੈ ਕਿ ਇੱਕ ਤਾਂ ਫੈਸਲਾ ਕਿੰਨਾ ਕੁ ਸਹੀ ਗਲਤ ਹੈ ਜਾਂ ਫਿਰ ਯੂਨੀਵਰਸਿਟੀ 'ਚ ਬੰਦ ਕਰਨ ਦੇ ਨਾਲ ਵਿਦਿਆਰਥੀ ਵਾਕਈ ਖਾਣਾ ਬੰਦ ਹੋ ਜਾਣਗੇ ਨਹੀਂ ਨਹੀਂ ਯੂਨੀਵਰਸਿਟੀ ਮੇਂ ਬੰਦ ਹੋਣੇ ਸੇ ਐਸਾ ਨਹੀਂ ਹੋਗਾ ਕਿ ਬੱਚੇ ਨੂੰ ਖਾਣਾ ਹੈ ਉਹ ਟੇਸਟ ਹੈ ਆਪਣਾ ਆਪਣਾ ਹਮ ਕਿਸੇ ਕਾ ਟੇਸਟ ਨਹੀਂ ਛੀਨ ਸਕਦੇ ਕਿਆ ਉਨਕੀ ਕਿਆ ਚੋਇਸ ਹੈ ਕਿ ਉਨਕੋ ਫਾਸਟ ਫੂਡ ਖਾਣਾ ਹੈ ਜੰਕ ਫੂਡ ਖਾਣਾ ਹੈ ਹੈਲਦੀ ਖਾਣਾ ਖਾਣਾ ਹੈ वो उनकी मेंटेलिटी पे डिपेंड करता है क्योंकि जो भी यूनिवर्सिटी में आया वो मेरे ख्याल से 18 साल से ऊपर हो गया है तो वो खुद काफ़ी मैच्योर है कि उनके लिए सही क्या है गलत क्या है खाना ऐसे हमारे किसी के खाने पर रोक नहीं लगा सकते की नाम है सुमित जी तुसी हॉस्टल हो या PG रहते हो या घर तो आते हो PG से ਮਤਲਬ ਯਾਨੀ ਘਰ ਤੋਂ ਬਾਹਰ ਰਹਿੰਦੇ ਹੋ ਜਦੋਂ ਘਰ ਤੋਂ ਬਾਹਰ ਬੰਦਾ ਰਹਿੰਦਾ ਹੈ ਤਾਂ ਇੱਕ ਬੜੀ ਵੱਡੀ ਚੀਜ਼ ਹੁੰਦੀ ਕਿ ਸਾਨੂੰ ਘਰ ਦੀ ਖਾਣਾ ਜਿਹੜਾ ਰੋਟੀ ਰੋਜ਼ ਨਹੀਂ ਮਿਲਦੀ ਅਤੇ ਇਹ ਇੱਕ ਬਹੁਤ ਵੱਡਾ ਕਾਰਨ ਹੁੰਦਾ ਕਿ ਅਸੀਂ ਜੰਕ ਫੂਡ ਵੱਲ ਪ੍ਰਭਾਵਿਤ ਹੁੰਦੇ ਹਾਂ ਅਤੇ ਯੂਨੀਵਰਸਿਟੀ ਦਾ ਫੈਸਲਾ ਕਿਸ ਤਰ੍ਹਾਂ ਲੱਗ ਰਿਹਾ ਯੂਨੀਵਰਸਿਟੀ ਦਾ ਫੈਸਲਾ ਤਾਂ ਇਹ ਹੈ ਕਿ ਅਗਰ ਜੈਸੇ ਭਈਆ ਨੇ ਕਿਹਾ ਕਿ ਹਮਾਰੇ ਕੋਲ 15-20 ਮਿੰਟ ਮਿਲਤੀ ਹੈ ਬੀਚ ਮੇਂ ਬ੍ਰੇਕ ਉਸਮੇਂ ਹਮ ਰੋਟੀ ਵਗੈਰਾ ਜੋ ਹੋਤੀ ਹੈ ਹਮਾਰਾ ਮੇਨ ਕੋਰਸ ਹੋਤਾ ਹੈ ਹਮ ਸਾਰਾ ਉਹ ਤਾਂ ਕੰਪਲੀਟ ਕਰ ਨਹੀਂ ਸਕਤੇ ਹਮ ਤੋ ਇਹ ਹੈ ਕਿ ਚਲਤੇ ਚਲਤੇ ਰੈਗੂਲਰਟੀ ਮੇਂ ਆਪਣਾ ਥੋੜ੍ਹਾ ਬਹੁਤ ਜਲਦੀ ਮੈਂ ਖਾ ਲਿਆ ਤੋ ਉਹ ਜੰਕ ਫੂਡ ਹੀ ਹੈ ਜੋ ਖਾਇਆ ਜਾਤਾ ਹੈ ਅਗਰ ਆਪ ਯਹਾਂ ਪੇ ਬੰਦ ਕਰ ਦੋਗੇ ਬੱਚੇ ਤਾਂ ਫਿਰ ਵੀ ਬਾਹਰ ਜਾ ਕੇ ਖਾਏਂਗੇ ਉਨਕਾ ਤੋ ਇਹ ਤਾਂ ਹੈ ਨਹੀਂ ਆਪਕੀ ਯਹੀਂ ਪੇ ਉਨਕੀ ਸਾਰੀ ਹੈਲਥ ਸੁਧਾਰ ਦੋਗੇ ਯਹੀ ਹੈ ਕਿ ਨੁਕਸਾਨ ਇਸ ਚੀਜ਼ ਕਾ ਕਿ ਬੱਚੇ ਆਪਣੀ ਜਲਦੀ ਜਲਦੀ ਮੈਂ ਵੋ ਵੀ ਛੋੜ ਦੇਂਗੇ ਖਾਣਾ
अगर बंद करना है तो बच्चे खुद ही खाना छोड़ देंगे, अपने आप ऑटोमेटिकली बंद हो जाएगा खाना, तो इससे तो मेरे को तो लगता नहीं कोई फायदा होगा जी। मानते हो कि जेकर बंद करना है तो सिर्फ यूनिवर्सिटी के विच बंद करना कुछ नहीं होना, ये फैसला सारे पास लागू होना चाहिए। सारे पास में अपने आप ही सरकार ही बंद कर देती है अगर करना होता तो, क्योंकि अगर इतना ही कोई हमारे लिए सेहत के लिए हानिकारक होता तो सरकार खुद ही बंद कर देती इसको। ये तो है नहीं कि स्पेशली बच्चे इस अगर करेंगे तभी बंद होगा। तो बिल्कुल ये कह रहे हैं कि जो यूनिवर्सिटी का फैसला है वो कितना ना कितना जोड़ा है वो गलत है, क्योंकि जेकर सिर्फ विद्यार्थियों को पंजाब यूनिवर्सिटी के विद्यार्थियों को टारगेट करके ये फैसला लिया गया है वो जोड़ा है वो सही नहीं है। कि नाम है? विकास। विकास, यूनिवर्सिटी का जोड़ा फैसला है वो किन्ना विकास करेगा या फिर विद्यार्थियों के लिए है वो किन्ना गलत है? किस वास्ते मैम? जोड़ा जंक फूड बंद कर दिया गया। वधिया किया मैम, जंक फूड बंद किया, मेरे तो आप साल कट गए थे जंक फूड खा के। जंक फूड करके मैडम, इस करके वधिया करता बंद, अपना होर कुछ भी खा सकते हैं वधिया, जे अपना शेक शुक पी सकते हैं, जूस भी है। कि सिर्फ यूनिवर्सिटी के विच ये फैसला जो लागू किया गया ये नाल बच्चे हट जाएंगे वाकई खाना या फिर बाहर जाके नहीं खा सकेंगे? हटने तो नहीं मैम, मतलब बाहर भी खा सकते हैं, जिस तरह आप पी जाई बैक साइड देख सकते हैं स्टॉल लगे हुए हैं, 15 सेक्टर भी देख सकते हैं उत्थे भी स्टॉल लगे हुए हैं बस। सो बिल्कुल विद्यार्थी जड़े ने वो कोई ना कोई अल्टरनेटिव है, कोई ना कोई होर दूसरा सब्सटीट्यूट वो तो लभ ही लैणगे, क्योंकि जंक फूड जेकर यूनिवर्सिटी के विच बंद कर दिया गया है तो यह मतलब यह नहीं है कि होर थावां ते जिहड़ा बंद हो गया। विद्यार्थियों के कोल बहुत सारिया होर थावां ने जिथे जाके वो जंक फूड खा सकते हैं, जिथे जाके वो कोई ना कोई तरीका लभ ही लैणगे। सत श्री अकाल जी। मैम की नाम है? अजय। अजय, तुहाडी यूनिवर्सिटी जंक फूड बंद कर दिया गया है, ये फैसला सही है या गलत है? सही है। ਕਿੰਨੀ ਵਾਰ ਹਫ਼ਤੇ 'ਚ ਜੰਕ ਫੂਡ ਖਾ ਲੈਂਦੇ ਸੀ? ਪਹਿਲੇ ਖਾਤਾ ਤਾਂ ਆਪਣੇ। ਇਹ ਜਿਹੜਾ ਫੈਸਲਾ ਤੁਹਾਡੇ ਯੂ ਜੀ ਸੀ ਦੀ ਗਾਈਡਲਾਈਨਸ ਦੇ ਮੁਤਾਬਿਕ ਆਇਆ ਇਹ ਸਹੀ ਹੈ? ਬਿਲਕੁਲ ਸਹੀ ਹੈ। ਹਾਂਜੀ, ਕੀ ਨਾਮ ਹੈ? ਵਿਕਾਸ। ਵਿਕਾਸ, ਤੁਹਾਨੂੰ ਕੀ ਲੱਗਦਾ ਹੈ ਕਿ ਯੂਨੀਵਰਸਿਟੀ ਨੇ ਜਿਹੜਾ ਵਿਦਿਆਰਥੀਆਂ ਦਾ ਜੰਕ ਫੂਡ ਖਾਣਾ ਬੰਦ ਕਰ ਦਿੱਤਾ ਹੈ ਇਹ ਸਹੀ ਹੈ? ਨਹੀਂ ਸਹੀ ਨਹੀਂ ਹੈ, ਸਭ ਕੀ ਆਪਣੀ ਆਪਣੀ ਚੋਇਸ ਹੋਤੀ ਹੈ, ਜਿਸਕੋ ਪਸੰਦ ਹੈ ਵੋ ਬਾਹਰ ਥੋੜ੍ਹਾ ਨਾ ਜਾਏਗਾ ਇਤਨਾ ਦੂਰ, ਯਹਾਂ ਪੇ ਅਵੇਲੇਬਲ ਹੋਤਾ ਤੋ ਅੱਛਾ ਹੈ। ਜੰਕ ਫੂਡ ਜੋ ਵੇਚ ਰਿਹਾ ਕਿਸੀ ਕੋ ਫੋਰਸ ਥੋੜ੍ਹਾ ਨਾ ਕਰੇ ਕਿ ਤੁਮ ਆ ਕੇ ਖਾਓ, ਹਮਾਰੇ ਪਾਸ ਆਪਣੀ ਆਪਣੀ ਪਰਸਨਲ ਚੋਇਸ ਹੈ, ਐਸੇ ਕਿਸੀ ਕੇ ਉੱਪਰ ਕੁਛ ਥੋਪਣਾ ਵੋ ਗਲਤ ਹੈ ਥੋੜ੍ਹਾ। ਅਸੀਂ ਇੰਨੇ ਕੁ ਮਚਿਓਰ ਹਾਂ ਜਦੋਂ ਯੂਨੀਵਰਸਿਟੀ ਦੇ ਵਿੱਚ ਆ ਜਾਂਦਾ ਹੈ ਤਾਂ ਹਰ ਕਿਸੇ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਜਿਹੜੀ ਉਹਦੇ ਲਈ ਚੰਗੀ ਹੈ ਅਤੇ ਕਿਹੜੀ ਮਾੜੀ ਹੈ, ਕਿਆ ਹਮਾਰੀ ਸਿਹਤ ਕੇ ਲਈ ਅੱਛਾ ਹੈ ਕਿਆ ਗਲਤ ਹੈ। ਅੱਜ ਕੱਲ੍ਹ ਤਾਂ ਵੈਸੇ ਵੀ ਲੋਕ ਆਪਣੀ ਸਿਹਤ ਕੇ ਲਈ ਪੂਰਾ ਕੰਸਨਟ੍ਰੇਟਿਡ ਹੈ, ਧਿਆਨ ਹੈ, ਤਾਂ ਗਲਤ ਹੈ। ਕੀ ਨਾਮ ਹੈ? ਜਦੀਪ। ਤੁਸੀਂ ਇੱਕ ਸਿੰਪਲ ਭਾਸ਼ਾ ਦੇ ਵਿੱਚ ਹਾਂ ਜਾਂ ਨਾ, ਤੁਹਾਡੇ ਅਕੋਰਡਿੰਗ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਜੰਕ ਫੂਡ ਬੰਦ ਕਰਨਾ? ਗਲਤ ਹੈ। ਸੋ ਇਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਨ੍ਹਾਂ ਦੀ ਆਪਣੀ ਆਪਣੀ ਰਾਏ ਹੈ, ਇਹਨਾਂ ਸਾਰੇ ਵਿਦਿਆਰਥੀਆਂ ਦਾ ਜਿਹੜਾ ਪ੍ਰਤੀਕਰਮ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਰਲਵਾਂ ਮਿਲਵਾਂ ਆਇਆ, ਪਰ ਵਧੇਰੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੇ ਇਹੀ ਕਿਹਾ ਹੈ ਕਿ ਇਹ ਫੈਸਲਾ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਲਿਆ ਗਿਆ ਹੈ, ਸਿਰਫ ਯੂਨੀਵਰਸਿਟੀ ਦੇ ਵਿੱਚ ਜੰਕ ਫੂਡ ਬੰਦ ਕਰਕੇ ਵਿਦਿਆਰਥੀਆਂ ਨੂੰ ਜੰਕ ਫੂਡ ਖਾਣ ਤੋਂ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਬਾਹਰ ਜਿਹੜੇ ਵਿਦਿਆਰਥੀਆਂ ਦੇ ਕੋਲ ਬਹੁਤ ਸਾਰੇ ਜਿਹੜੇ ਹੋਰ ਬਦਲ ਨੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਉਹ ਜੰਕ ਫੂਡ ਜਿਹੜਾ ਉਹ ਖਾ ਸਕਦੇ ਨੇ, ਪਰ ਇਹਦੇ ਨਾਲ ਇਹ ਜ਼ਰੂਰ ਹੋਵੇਗਾ ਕਿ ਵਿਦਿਆਰਥੀਆਂ ਦੀ ਖੱਜਲ ਖੁਆਰੀ ਵੱਧ ਜਾਵੇਗੀ। ਪਹਿਲਾਂ ਜਿਹੜੀ ਚੀਜ਼ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਹੁੰਦੀ ਸੀ ਉਹਦੇ ਲਈ ਹੁਣ ਉਹਨਾਂ ਨੂੰ ਬਾਹਰ ਜਾਣਾ ਪਵੇਗਾ। ਜੇਕਰ ਜੰਕ ਫੂਡ ਖਾਣਾ ਬੰਦ ਕਰਨਾ ਹੈ, ਜੇਕਰ ਵਾਕਈ ਦੇ ਵਿੱਚ ਸਾਰਿਆਂ ਦੀ ਸਿਹਤ ਦਾ ਧਿਆਨ ਰੱਖਣਾ ਹੈ, ਤਾਂ ਫਿਰ ਇਹ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਬਲਕਿ ਹਰ ਪਾਸੇ ਜੰਕ ਫੂਡ ਬੈਨ ਹੋਣਾ ਚਾਹੀਦਾ ਹੈ, ਤਾਂ ਜੋ ਯੂਨੀਵਰਸਿਟੀ ਦੇ ਅੰਦਰ ਤੱਕ ਹੀ ਬਾਹਰ ਕੀ ਸਕੂਲਾਂ ਕਾਲਜਾਂ ਦੇ ਵਿੱਚ ਹਰ ਥਾਂ 'ਤੇ ਜਿਹੜਾ ਹੈ ਉਹ ਕਿਸੇ ਨੂੰ ਜੰਕ ਫੂਡ ਮਿਲੇ ਨਾ, ਤਾਂ ਜੋ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਹੀਂ ਬਲਕਿ ਹਰ ਕਿਸੇ ਦੀ ਜਿਹੜੀ ਸਿਹਤ ਹੈ ਉਹ ਚੰਗੀ ਰਹਿ ਸਕੇ। ਅੱਜ ਤੋਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਲਵਾਂਗੇ ਇੱਕ ਨਵਾਂ ਵਿਸ਼ਾ ਅਤੇ ਕਰਾਂਗੇ ਉਹਦੇ ਉੱਪਰ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।